ਸਰਦੀ ਆ ਗਈ ਹੈ ਜਿਵੇਂ ਜਿਵੇਂ ਇਹ ਸਰਦੀ ਨੇ ਵਧਣਾ ਹੈ ਤੁਹਾਡੀਆਂ ਉਂਗਲਾਂ ਜਿਹੜੀਆਂ ਨੇ ਉਹ ਕਈਆਂ ਦੀਆਂ ਸੁੱਝ ਜਾਣੀਆਂ ਨੇ ਫਿਰ ਜਦੋਂ ਤੁਸੀਂ ਗਰਮ ਪਾਣੀ ਵਿੱਚ ਹੱਥ ਪਾਓਗੇ ਜਾਂ ਇਸ਼ਨਾਨ ਕਰੋਗੇ ਤਾਂ ਉਹਨਾਂ ਤੇ ਬਹੁਤ ਜ਼ਿਆਦੀ ਖਾਰਿਸ਼ ਆਉਣੀ ਹੈ ਰਜਾਈ ਵਿੱਚ ਗਰਮ ਹੋਗੇ ਤੇ ਤੁਹਾਨੂੰ ਉਹ ਪੈਰਾਂ ਉਂਗਲੀਆਂ ਤੇ ਖਾਰਿਸ਼ ਹੋਏਗੀ ਹੱਥਾਂ ਦੀਆਂ ਉਂਗਲੀਆਂ ਤੇ ਖਾਰਿਸ਼ ਹੋਏਗੀ ਬੜੇ ਪਰੇਸ਼ਾਨ ਹੋਗੇ ਇਲੈਕਟ੍ਰੋ ਹੋਮਿਓਪੈਥੀ ਨੇ ਇਹਦਾ ਪ੍ਰਬੰਧ ਕੀਤਾ ਹੋਇਆ ਹੈ ਇਹ 52 ਜੜੀ ਬੂਟੀਆਂ ਦਾ ਐਸੈਂਸ ਜਿਹੜਾ ਇਲੈਕਟ੍ਰੋ ਹੋਮਿਓਪੈਥੀ ਦਾ ਇਹਦੇ ਵਿੱਚ ਆਇਲ ਚ ਪਾਇਆ ਗਿਆ ਹੈ ਜਿਵੇਂ ਤੁਸੀਂ ਲਾਓਗੇ ਠੀਕ ਹੋਣਾ ਸ਼ੁਰੂ ਹੋ ਜਾਏਗਾ ਕੋਈ ਖਾਰਸ਼ ਨਹੀਂ ਆਏਗੀ ਲਾਲੀ ਹਟ ਜਾਏਗੀ ਦਰਦ ਬੰਦ ਹੋ ਜਾਏਗਾ ਔਰ ਇਹਦੀ ਕੀਮਤ ਬੜੀ ਵਾਜਬ ਹੈ ਇਹ 200 ਰੁਪਏ ਪੰਜਾਬ ਹਰਿਆਣਾ ਰਾਜਸਥਾਨ ਵਿੱਚ ਤੁਹਾਡੇ ਘਰ ਪਹੁੰਚਾ ਦਿੱਤਾ ਜਾਵੇਗਾ ਸਿਰਫ 200 ਰੁਪਏ ਚ 3 ਐਮਐਲ ਹੈ ਇੱਕ ਆਦਮੀ ਲਈ ਕਾਫੀ ਹੈ ਪੂਰੀ ਸਰਦੀ ਨਿਕਲ ਜਾਏਗੀ ਕੋਈ ਦਰਦ ਨਹੀਂ ਹੋਏਗਾ ਹੱਥਾਂ ਦੇ ਵਿੱਚ ਜਾਂ ਰਾਤ ਨੂੰ ਵੀ ਦਰਦ ਹੁੰਦਾ ਲੋਕਾਂ ਦੇ ਜਦੋਂ ਸੌਂ ਜਾਂਦੇ ਨੇ ਤੇ ਰਾਤ ਨੂੰ ਲੋ ਟੈਂਪਰੇਚਰ ਦੇ ਕਾਰਨ ਹੱਥਾਂ ਦੇ ਵਿੱਚ ਸਰਕੂਲੇਸ਼ਨ ਦੀ ਕਮੀ ਆਉਂਦੀ ਹੈ ਤੇ ਉਹ ਹੱਥ ਸੁੰਨੇ ਹੋ ਜਾਂਦੇ ਨੇ ਦਰਦ ਹੁੰਦਾ ਉੱਥੇ ਵੀ ਬਹੁਤ ਅੱਛਾ ਕੰਮ ਕਰਦਾ ਔਰ ਜਿਹੜਾ ਚਿਲ ਬਲਾਈਂਡ ਹੈ ਜਿੱਦੇ ਨਾਲ ਉਂਗਲੀਆਂ ਸੁੱਜਦੀਆਂ ਸਰਦੀ ਦੇ ਵਿੱਚ ਇਹਦਾ ਬਹੁਤ ਵਧੀਆ ਤੇ ਪੱਕਾ ਇਲਾਜ ਹੈ ਅਗਰ ਇਹ ਤੁਹਾਨੂੰ ਹੈ ਤਾਂ ਤੁਸੀਂ ਮੰਗਵਾਓ ਨਹੀਂ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਜੇ ਕਿਉਂਕਿ ਬਹੁਤ ਸਾਰੀ ਦੁਨੀਆ ਪਰੇਸ਼ਾਨ ਹੈ ਇਸ ਛੋਟੀ ਜੀ ਬੜੀ ਤੰਗ ਕਰਨ ਵਾਲੀ ਬਿਮਾਰੀ ਤੋਂ ਲੋਕ ਬਹੁਤ ਪਰੇਸ਼ਾਨ ਨੇ ਕਈਆਂ ਦੀ ਮਜਬੂਰੀ ਹੈ ਕਿ ਠੰਡ ਵਿੱਚ ਕੰਮ ਕਰਨਾ ਹੀ ਪੈਂਦਾ ਸਾਰਾ ਦਿਨ ਹੱਥਾਂ ਤੇ ਗਲਵਜ਼ ਨਹੀਂ ਪਾਏ ਜਾਂਦੇ ਪੈਰਾਂ 'ਚ ਜੁਰਾਬਾਂ ਨਹੀਂ ਰਹਿ ਸਕਦੀਆਂ ਉਹਨਾਂ ਦੀਆਂ ਉਂਗਲਾਂ ਜ਼ਰੂਰ ਸੁੱਜਦੀਆਂ ਨੇ ਲੋਕ ਬਹੁਤ ਪਰੇਸ਼ਾਨ ਹੁੰਦੇ ਨੇ ਕਿਰਪਾ ਕਰਕੇ ਇਸ ਵੀਡੀਓ ਨੂੰ ਸ਼ੇਅਰ ਕਰਿਓ 200 ਰੁਪਏ ਦੇ ਵਿੱਚ ਤੁਹਾਡੀ ਸਰਦੀ ਬਿਲਕੁਲ ਨਿਕਲ ਜਾਣੀ ਹੈ ਔਰ ਤੋਂਈ ਕੋਈ ਪਰੇਸ਼ਾਨੀ ਤੁਹਾਨੂੰ ਨਹੀਂ ਹੋਣੀ ਇਹ ਮੇਰੀ ਗਾਰੰਟੀ ਹੈ ਇਲੈਕਟਰੋ ਹੋਮੋਪੈਥੀ ਡਾਕਟਰ ਕਾਉਂਟ ਸੀਜਰ ਮੈਟਰੀ ਦੀ ਗਾਰੰਟੀ ਹੈ ਇਹ ਸੈਂਸ ਜਿਹੜੇ ਨੇ ਬਹੁਤ کارਗਰ ਨੇ ਤੁਹਾਡੇ ਲਈ ਅਗਰ ਜ਼ਰੂਰਤ ਹੋਵੇ ਤਾਂ ਤੁਸੀਂ ਇਹਦੇ ਉੱਪਰ ਦਿੱਤੇ ਹੋਏ ਨੰਬਰ ਤੇ ਕਾਲ ਕਰਨ ਦੀ ਕੋਸ਼ਿਸ਼ ਕਰਿਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ